ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਲ ਤੂਫਾਂ ਅੱਗੇ ਵੀ ਨਹੀਂ ਝੁਕੇ ਕਿਸਾਨ ਹੁਣ ਇੱਥੇ ਲਾਇਆ ਵੱਡਾ ਤਰਨਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕਿਸਾਨਾਂ ਦਾ ਭਾਰੀ ਕੱਠ ਮਿੱਨੀ ਸਕਤਰੇ ਦੇ ਵੱਲ ਕੂਚ ਕਰਦੇ ਆ ਰਸਤੇ ਦੇ ਵਿੱਚ ਆਈਆਂ ਰੁਕਾਵਟਾਂ ਨੂੰ ਤੋੜਦਾ ਅੱਗੇ ਮਿੰਨੀ ਸਕੱਤਰੇਤ ਪਹੁੰਚ ਗਿਆ ਮਿੰਨੀ ਸਕੱਤਰੇਤ ਪਹੁੰਚਣ ਤੇ ਕਿਸਾਨਾਂ ਦੇ ਪੁਲਿਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ ਪਰ ਇਹਨਾਂ ਨੂੰ ਰੋਕਦਿਆਂ ਡੀਸੀ ਨਿਸ਼ਾਂਤ ਜਾਦਵ ਨੇ ਕਿਹਾ ਕਿ ਕਿਸਾਨਾਂ ਤੇ ਬਲ ਦਾ ਪ੍ਰਯੋਗ ਨਹੀਂ ਕਰਾਂਗੇ ਕਿਸਾਨਾਂ ਦੇ ਭਾਰੀ ਇਕੱਠ ਨੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਲਾ ਲਿਆ ਹੈ ਪਹਿਲੀ ਲਾਈਨ ਵਿੱਚ ਕਿਸਾਨ ਆਗੂ ਬੈਠੇ ਹਨ ਉਹਨਾਂ ਦੇ ਪਿੱਛੇ ਕਿਸਾਨਾਂ ਦਾ ਭਾਰੀ ਇਕੱਠ ਹੈ ਇਸ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੇ ਵਿੱਚ ਮਿਲੀ ਨਿਰਾਸ਼ਾ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਪਹੁੰਚ ਗਏ ਹਨ ਕਿਸਾਨਾਂ ਨੇ ਮਿੰਨੀ ਸਕੱਤਰੇਤ ਤੇ ਵੱਲ ਵਾਧਿਆਂ ਦੂ ਬੈਰੀਕੇਡ ਤੋੜੇ ਜਿਸ ਤੋਂ ਬਾਅਦ ਨਮਸਤੇ ਚੌਕ ਵਿੱਚ ਪਹੁੰਚ ਕੇ ਕਿਸਾਨ ਆਗੂ ਜੁਕੇਂਦਰ ਜਾਦਵਰ ਕੇਸ਼ਟਕੜ ਤੇ ਗਰਨਾਮ ਚੜੂਨੀ ਆਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਦਬਾਅ ਪਾਇਆ ਤਾਂ ਪੁਲਿਸ ਨੇ ਆਗੂਆਂ ਨੂੰ ਬਸ ਦੇ ਵਿੱਚੋਂ ਉਤਾਰ ਦਿੱਤਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜਦੋਂ ਬੱਸ ਦੇ ਵਿੱਚ ਬਿਠਾਇਆ ਗਿਆ ਤਾਂ ਉਹਨਾਂ ਦੇ ਪਿੱਛੇ ਅਣਗਿਣਤ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਜਿਹੜੇ ਬੱਸ ਦੇ ਅੱਗੇ ਖੜ ਕੇ ਤੇ ਕਿਸਾਨਾਂ ਨੂੰ ਬੱਸ ਦੇ ਵਿੱਚੋਂ ਪੁਲਿਸ ਨੂੰ ਉਤਾਰਨਾ ਪਿਆ ਧੰਨਵਾਦ